চিনতে বাজবে সারি দেখো সারি দেখো করো কৃপা ਇਸ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਜਿਹਨਾਂ 'ਤੇ ਬਹੁਤ ਬਖਸ਼ਿਸ਼ ਮਿੱਠ ਬੋਲੜੋ ਜੀ ਪਰ ਸੱਜਣ ਸੁਆਮੀ ਮੋਹਰਾ ਗੁਰਮੁਖ ਪਿਆਰਿਓ ਪਰਦੇ ਬੜੀ ਦੱਸਦੀ ਹੈ ਸੰਸਾਰ ਬੜਾ ਵੱਸਦਾ ਦੋ ਦੋ ਗੁਣਾਂ ਦੇ ਧਾਰਨੀ ਬਹੁਤ ਮਨੁੱਖ ਨੇ ਪਰ ਕਈ ਐਸੇ ਮਨੁੱਖ ਨੇ ਜਿਹਨਾਂ ਵਿੱਚ ਗੁਣ ਹੀ ਬਿਆਨ ਹੁੰਦਾ ਇਹ ਐਸੀ ਸ਼ਖਸੀਅਤ ਸੀਗੀ ਜਿਹਨਾਂ ਦੇ ਵਿੱਚ ਬੜੇ ਗੁਣ ਸਨ ਨਿਮਰਤਾ ਸਾਰੇ ਜਪੋ ਇੱਕ ਵਾਰ ਪਿਆਰ ਵਿੱਚ ਆ ਕੇ ਆਪਾਂ ਉਹਨਾਂ ਨੂੰ ਭਾਈ ਸਾਹਿਬ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਵੀ ਐਸੇ ਆਵਾਜ਼ ਤੁਹਾਨੂੰ ਪੈ ਗਏ ਆ ਸਾਰੇ ਜਪੇ ਜੀ ਅਚਿੰਤੇ ਬਾਜ ਪਏ ਸਭ ਦੀ ਦਿਲ ਫੁੱਲ ਪਟਾਵਾਂ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ ਜੀਆ ਜਨਤੇ ਸੁੱਖ ਵਰਤਾਉਣੀ ਨਗਰ ਖੇੜੇ ਤੇ ਸੁੱਖ ਵਰਤਾਉਣੀ ਸਤਿਗੁਰ ਜੀ ਕਰੋ ਕਿਰਪਾ ਦਰਵਾਈ ਸੰਗਤ ਨੂੰ ਕਰੋ ਨਿਹਾਲ ਕਰੋ ਕਰੋ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਾਂ 'ਤੇ ਚੱਲਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ ਕਿਉਂਕਿ ਗੁਰੂ ਦਾ ਦਰ ਅਜਿਹਾ ਦਰ ਹੈ ਜਿੱਥੋਂ ਨਿਉਟਿਆਂ ਨੂੰ ਓਟ ਨਪੱਤਿਆਂ ਨੂੰ ਪੱਤ ਨਿਆਸਿਆਂ ਨੂੰ ਆਸਰਾ ਅਤੇ ਭਾਣਾ ਮੰਨਣ ਦਾ ਬਲ ਮਿਲਦਾ ਹੈ ਪਰਿਵਾਰ ਦਾ ਮੁਖੀ ਪਰਿਵਾਰ ਦਾ ਮਾਲੀ ਹੋਇਆ ਕਰਦਾ ਹੈ ਅਤੇ ਜਦੋਂ ਇਹ ਪਰਿਵਾਰ ਰੂਪੀ ਮਾਲੀ ਇਸ ਹਰੀ ਭਰੀ ਫਲਵਾੜੀ ਨੂੰ ਛੱਡ ਕੇ ਤੁਰ ਜਾਂਦਾ ਹੈ ਅਤੇ ਪਰਿਵਾਰ ਰੂਪੀ ਉਸ ਫਲਵਾੜੀ ਦੇ ਪਰਿਵਾਰ ਦੇ ਮੈਂਬਰਾਂ ਉਹਨਾਂ ਦੇ ਚਿਹਰਿਆਂ 'ਤੇ ਛਾਈ ਹੋਈ ਉਦਾਸੀ ਉਸ ਜਾਣ ਵਾਲੀ ਸ਼ਖਸੀਅਤ ਪ੍ਰਤੀ ਪਿਆਰ ਦੀ ਭਾਵਨਾ ਨੂੰ ਦਰਸਾਉਂਦੀ ਹੈ ਕੁਦਰਤ ਦਾ ਨਿਯਮ ਹੈ ਇਹਨੂੰ ਆਪਾਂ ਟਾਲ ਨਹੀਂ ਸਕਦੇ ਮੈਂ ਸਮਝਦਾ ਕਿ ਅੱਜ ਦੇ ਯੁੱਗ ਦੇ ਅੰਦਰ ਦੋ ਚੀਜ਼ਾਂ ਦਾ ਬਹੁਤ ਵੱਡਾ ਪ੍ਰਸਾਰਾ ਹੋ ਰਿਹਾ ਇੱਕ ਤਾਂ ਸਾਇੰਸ ਦਾ ਬਹੁਤ ਵੱਡਾ ਪ੍ਰਸਾਰਾ ਹੋ ਰਿਹਾ ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਕੋਈ ਘਟਨਾ ਵਾਪਰਦੀ ਆ ਮਿੰਟ ਸਕਿੰਟ ਦੇ ਅੰਦਰ ਪੂਰੀ ਦੁਨੀਆਂ 'ਚ ਨਸ਼ਰ ਹੁੰਦੀ ਅੱਜ ਆਪਾਂ ਸਾਰੇ ਬਹੁਤ ਹੀ ਜ਼ਿਆਦਾ ਦੁੱਖ ਦੀ ਘੜੀ 'ਚ ਟੱਚਰ ਹੋਏ ਹਾਂ ਅੱਜ ਤੋਂ ਕੁਛ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਅਚਾਨਕ ਸੰਜੀਵੀ ਵਿਛੋੜਾ ਦੇ ਕੇ ਸਰਦਾਰ ਸਾਧੂ ਸਿੰਘ ਜੀ ਇਸ ਦੁਨੀਆਂ ਤੋਂ ਚਲੇ ਗਏ ਸੀ
ਕੋਈ ਇਹੋ ਜਿਹੀ ਗੱਲ ਨਹੀਂ ਸੀ, ਬੜੀ ਵਧੀਆ ਸੇਧ ਸੀ, ਬੜੇ ਐਕਟਿਵ ਸੀਗੇ, ਨੱਕ ਭੱਜ ਪੂਰੀ ਕਰਦੇ ਸੀ। ਮੈਂ ਇਹਨਾਂ ਹੀ ਸ਼ਬਦਾਂ ਨਾਲ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਮੇਰੇ ਵੀਰ ਸਾਧੂ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਅਤੇ ਕਹਿ ਲਈਦਾ ਵੀ ਭਾਣਾ ਮੰਨਣ ਦਾ ਬਲ ਬਖਸ਼ੇ। ਇਹ ਭਾਣਾ ਬਹੁਤ ਔਖਾ ਮੰਨਿਆ ਜਾਂਦਾ। ਮੈਂ ਘਰੇਲੂ ਬੰਦਾ ਪਰਿਵਾਰਕ ਮੈਂਬਰ ਹੋਣ ਕਰਕੇ ਮੈਂ ਬਹੁਤੀਆਂ ਗੱਲਾਂ ਕਰ ਵੀ ਨਹੀਂ ਸਕਦਾ ਮਾਈਕ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡੇ ਬਹੁਤ ਸਤਿਕਾਰਯੋਗ ਸਰਪੰਚ ਸਾਹਿਬ, ਜਿਹੜੇ ਕਿ ਇੱਕ ਕਾਲੋ ਪਰਿਵਾਰ ਨੂੰ ਨਹੀਂ, ਕਾਲੋ ਨਗਰ ਨੂੰ, ਕਾਲੋ ਦੇ ਇਲਾਕੇ ਨੂੰ ਬਹੁਤ ਵੱਡਾ ਧੋਖਾ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜਮਾਨ ਹੋਏ ਆ। ਅੱਜ ਉਹਨਾਂ ਦੀਆਂ ਸਾਰੇ ਨਗਰ ਨੂੰ, ਸਾਰੇ ਇਲਾਕੇ ਨੂੰ ਬਹੁਤ ਗੱਲਾਂ ਯਾਦ ਆਉਣੀਆਂ। ਸਰਦਾਰ ਸਾਧੂ ਸਿੰਘ ਜੀ ਕਾਲੋ ਦੁਆਬੇ ਦੀ ਹਰਮਨ ਪਿਆਰੀ ਸ਼ਖਸੀਅਤ, ਕੁਛ ਪਲ ਪਹਿਲਾਂ ਯੂਰਪ ਵਿੱਚ ਡਾਕਟਰ ਕਰਮਜੀਤ ਸਿੰਘ ਜੀ, ਸਾਡੇ ਚੇਅਰਮੈਨ ਕਿਰਪਾਲ ਸਾਗਰ, ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਭੋਗ 'ਤੇ ਜਾਣਾ ਹੈ। ਉਹਨਾਂ ਦਾ ਜਵਾਬ ਆਇਆ, ਅਸੀਂ ਭਾਵੇਂ ਯੂਰਪ ਵਿੱਚ ਬੈਠੇ ਹਾਂ ਪਰ ਸਾਡਾ ਧਿਆਨ, ਸਾਡੀ ਸੁਰਤ, ਸਾਡਾ ਸਾਰਾ ਖਿਆਲ ਸਰਦਾਰ ਸਾਧੂ ਸਿੰਘ ਜੀ ਵੱਲ ਹੈ। ਮੇਰਾ ਵੀਰ ਇੱਕ ਬਹੁਤ ਹੀ ਪਿਆਰਾ ਇਨਸਾਨ ਸੀ। ਜ਼ਿੰਦਗੀ 'ਚ ਬਹੁਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ, ਪਰ ਜਿਹੜੇ ਇੱਕ ਦਲੇਰ ਔਰ ਕਿਸੇ ਨਾਲ ਸਟੈਂਡ ਲੈਣ ਵਾਲੇ ਔਰ ਕਿਸੇ ਦੇ ਨਾਲ ਕਿਸੇ ਦੇ ਦੁੱਖ ਨੂੰ ਸਮਝਣ ਵਾਲੇ ਇਨਸਾਨ ਹੁੰਦੇ ਹਨ, ਉਹ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ। ਕੀ ਬੋਲਾਂ ਮੈਂ ਆਪਣੇ ਵੀਰ ਲਈ? ਕਹਿੰਦੇ ਹਨ, ਸਮਾਨ ਸੌ ਬਰਸ ਕਾ, ਗੁਮਾਨ ਪਲ ਕਾ ਵੀ ਨਹੀਂ। ਔਰ ਇਹ ਇਨਸਾਨ 100 ਸਾਲ ਮੈਂ ਕਹਿੰਦੀ ਹਾਂ ਘੱਟ ਸੀਗਾ, ਸਾਨੂੰ ਤਾਂ ਇਹਨਾਂ ਦੀ ਬਹੁਤ ਜ਼ਰੂਰਤ ਸੀ। ਕਿਉਂ ਸਾਧੂ ਸਿੰਘ ਵਾਕਿਆ ਸਾਧੂ ਸਨ, ਉਹ ਸਮਾਜ ਸੇਵਕ ਸਨ। ਕਦੇ ਵੀ ਮੈਂ ਉਹਨਾਂ ਨੂੰ ਗੁੱਸੇ ਵਿੱਚ ਨਹੀਂ ਦੇਖਿਆ, ਔਰ ਅਸੀਂ ਦੋਨਾਂ ਨੇ ਰਲ ਮਿਲ ਕੇ ਕੰਮ ਕੀਤਾ। ਉਹ ਪਾਰਟੀ ਦੇ ਵੀ ਵਫ਼ਾਦਾਰ ਸਨ ਔਰ ਕਿਰਪਾਲ ਸਾਗਰ ਦੇ ਵੀ ਵਫ਼ਾਦਾਰ ਸਨ। ਸਾਨੂੰ ਉੱਦਾਂ ਦੇ ਹੀ ਬਣਨਾ ਚਾਹੀਦਾ, ਇੱਥੇ ਸਾਧੂ ਸਿੰਘ ਵਰਗਿਆਂ ਦੀ ਲੋੜ ਹੈ। ਅੱਜ ਆਪਾਂ ਬਹੁਤ ਹੀ ਦੁੱਖ ਦੀ ਘੜੀ ਵਿੱਚ ਸਾਡੇ ਸੱਜਣ, ਸਾਡੇ ਮਿੱਤਰ, ਸਾਡੇ ਪ੍ਰੇਮੀ ਸਾਧੂ ਸਿੰਘ ਜੀ ਸਰਪੰਚ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏ। ਮਨ ਦੇ ਵਿੱਚ ਅਜੇ ਵੀ ਵਿਸ਼ਵਾਸ ਨਹੀਂ ਆ ਰਿਹਾ ਕਿ ਇਹ ਗੱਲ ਸੱਚੀ ਹੈ ਕਿ ਝੂਠੀ ਹੈ। ਕਹਿਤ ਕਬੀਰ ਸੁਨੋਰੇ ਸੰਤੋ ਗੇਦੀ ਕਰੋ ਨਵੇਰਾ, ਆਪ ਕੀ ਵਾਰ ਬਖਸ਼ ਬੰਦੇ ਕੋ ਬੋਰ ਨਾ ਭਵਜਨ ਫੇਰਾ। ਇੰਨੀਆਂ ਬੇਨਤੀਆਂ ਕਰਦਾ ਕਿਮਾਂ ਦਾ ਜਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਕਰਿਓ ਆਈ ਹੋਈ ਸਾਧ ਸੰਗਤ ਆ, ਜਿਨ੍ਹਾਂ ਨੇ ਵੀ ਇਸ ਕਾਲੂ ਪਰਿਵਾਰ ਦੇ ਨਾਲ ਇੱਕ ਚੜਿਆ ਹੋਇਆ ਕਦਮ ਸਾਡੇ ਸਿਰ ਮੱਥੇ 'ਤੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਸਾਧ ਸੰਗਤ ਦੇ ਪਹੁੰਚ ਕੇ ਉੱਤੇ ਆਪਣੀ ਹਾਜ਼ਰੀ ਲਵਾਈ ਹੈ। ਇਹਨਾਂ ਹੀ ਸ਼ਬਦਾਂ ਦੇ ਨਾਮ ਹੈ, ਸਭ ਨੂੰ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਪੋ ਕਰੋ ਕਿਰਪਾ। ਇਸ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ, ਜਿਨ੍ਹਾਂ 'ਤੇ ਬਹੁਤ ਬਖਸ਼ਿਸ਼ ਮਿੱਠ ਬੋਲਣਾ ਜੀ, ਪਰ ਸੱਜਣ ਸਵਾਮੀ ਹੋਰ ਹੈ। ਗੁਰਮੁਖ ਪਿਆਰੇ ਪਰਦੇ ਬੜੀ ਵਸਦੀ ਹੈ, ਸੰਸਾਰ ਬੜਾ ਵਸਦਾ। ਦੋ ਦੋ ਗੁਣਾਂ ਦੇ ਧਾਰਨੀ ਬਹੁਤ ਮਨੁੱਖ ਨੇ, ਪਰ ਕਈ ਐਸੇ ਮਨੁੱਖ ਨੇ ਜਿਨ੍ਹਾਂ ਵਿੱਚ ਗੁਣ ਹੀ ਬਿਆਨ ਹੁੰਦਾ। ਐਸੀ ਸ਼ਖਸੀਅਤ ਸੀਗੀ ਜਿਨ੍ਹਾਂ ਦੇ ਵਿੱਚ ਬੜੇ ਗੁਣ ਸਨ, ਨਿਮਰਤਾ ਬਾਜੀ।
ਸਾਰੇ ਜਪੋ ਇੱਕ ਵਾਰ ਪਿਆਰ ਵਿੱਚ ਆ ਕੇ ਆਪਾਂ ਉਹਨਾਂ ਨੂੰ ਭਾਈ ਸਾਹਿਬ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਵੀ ਐਸੇ ਆਵਾਜ਼ ਤੁਹਾਨੂੰ ਪੈ ਗਏ ਆ ਸਾਰੇ ਜਪੇ ਜੀ ਅਚਿੰਤੇ ਬਾਜ ਪਏ ਅਚਿੰਤੇ ਬਾਜ ਪਏ ਅਚਿੰਤੇ ਬਾਜ ਪਏ ਸੰਗ ਕੀ ਸੋ ਕੀ ਸੰਗ ਨਾ ਹੋਇਆ ਅਚਿੰਤੇ ਬਾਜ ਪਏ ਅਚਿੰਤੇ ਬਾਜ ਪਏ ਅਚਿੰਤੇ ਬਾਜ ਪਏ ਸਮਾਈ ਨੈਨੋ ਦੇਖਤ ਤੇ ਜਗ ਜਾਈ ਲਾਜ ਨੰਬਰੋ ਕਹੋ ਘਰ ਮੇਰਾ ਅੱਜ ਕੀ ਵਾਰ ਲਗੀ ਵਿੱਚ ਤੇਰਾ ਅੰਤ ਕੀ ਵਾਰ ਨਹੀਂ ਵਿੱਚ ਤੇਰਾ ਅੰਤ ਕੀ ਵਾਰ ਨਹੀਂ ਬੂਟੇ ਦੇ ਪਿਆਰ ਦੇ ਵਿੱਚ ਚੱਲਦਾ ਰਹਿੰਦਾ ਹੈ। ਐਸੀ ਫਲਵਾੜੀ ਸੀਗੀ, ਬਹੁਤ ਵਧੀਆ ਤੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਸਰਪੰਚ ਸਾਹਿਬ ਜੋ ਕਿ ਇੱਕ ਬਹੁਤ ਹੀ ਇਲਾਕੇ ਦੀ ਸ਼ਾਨ ਸਨ ਔਰ ਬਹੁਤ ਹੀ ਪਿਆਰਕ ਵਾਲੇ ਔਰ ਬੜੇ ਪਿਆਰ ਵਾਲੇ ਗੁਰਮੁਖ ਪਿਆਰਿਓ ਮਿੱਠ ਬੋਲੜਾ ਸੁਭਾਅ ਉਹਨਾਂ ਕੋਲ ਸਾਰੇ ਗੁਣ ਸੀਗੇ ਜਿਹਨਾਂ ਬਾਰੇ ਦਾਸ ਜ਼ਿਕਰ ਨਹੀਂ ਕਰ ਸਕਦਾ। ਸਤਿਗੁਰੂ ਕਿਰਪਾ ਕਰਨ ਐਸੀਆਂ ਰੂਹਾਂ ਬਿਰਲੀਆਂ ਹੀ ਆਉਂਦੀਆਂ ਹਨ ਪਰ ਗੁਰਮੁਖ ਪਿਆਰਿਓ ਜਾਣ ਲੱਗਿਆਂ ਦੱਸਾਂ ਵੀ ਨਹੀਂ ਕਿਸੇ ਨੇ। ਇਹ ਜੀਵਨ ਹੀ ਐਸਾ ਹੈ ਕਿ ਪ੍ਰਾਣੀ ਜਦੋਂ ਇਸ ਸੰਸਾਰ ਤੇ ਜਾਂਦਾ ਨੇ ਹੋ ਜਾਂਦੇ ਨੇ ਤੇ ਕਈ ਚੜ੍ਹਦੀ ਜਵਾਨੀ ਦੇ ਵਿੱਚ ਹੀ ਗੁਰਮੁਖ ਪਿਆਰਿਓ ਚੜ੍ਹਦੀ ਸੰਪੂਰਨ ਕਿਆ ਰਾਮ ਆਵਾਜ਼ ਮਾਰਨ ਦਾ ਸਮਾਂ ਹੀ ਨਹੀਂ ਮਿਲਿਆ, ਕਿਸੇ ਨੂੰ ਦੱਸਣ ਦਾ ਸਮਾਂ ਹੀ ਨਹੀਂ ਮਿਲਿਆ। ਗੁਰਮੁਖ ਪਿਆਰਿਓ ਐਸੀਆਂ ਰੂਹਾਂ ਬਹੁਤ ਬਿਰਲੀਆਂ ਨੇ ਪਰ ਦੁੱਖ ਬੜਾ ਹੁੰਦਾ ਘਰਦਿਆਂ ਨੂੰ ਪਰਿਵਾਰ ਨੂੰ ਐਸੀ ਮੌਤ ਦਾ ਵੀ ਸਾਡੇ ਨਾਲ ਕੋਈ ਗੱਲ ਵੀ ਨਹੀਂ ਕਰਕੇ ਗਏ, ਸਾਨੂੰ ਕੋਈ ਦੱਸ ਹੀ ਦਿੰਦਾ ਵੀ ਮੇਰੇ ਸਰੀਰ 'ਚ ਇਹ ਬਿਮਾਰੀ ਅਸੀਂ ਇਲਾਜ ਹੀ ਕਰਾ ਲੈਂਦੇ ਪਰ ਨਹੀਂ ਗੁਰਮੁਖ ਪਿਆਰਿਓ ਬਿਮਾਰੀ ਮਾਲਕ ਨੇ ਲਾਈ ਨਹੀਂ ਉਸ ਸਮੇਂ ਸਾਰੇ ਸਾਰੇ ਜਪੋ। ਦੇਖੋ ਗੁਰਬਾਣੀ ਦਾ ਫਰਮਾਨ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਪਰ ਸਮੁੰਦਰ ਆ ਨਾ ਸਮੁੰਦਰ ਵੀ ਇਸ਼ਾਰਾ ਮਾਰ ਜਾਂਦਾ ਹੈ, ਸਮੁੰਦਰ 'ਚ ਵੀ ਜਵਾਰ ਪੱਟ ਆ ਜਾਂਦੀ ਹੈ, ਮਨੁੱਖ ਦੇ ਵਿੱਚ ਸਮੁੰਦਰ ਵੀ ਹੈ। ਜਦੋਂ ਐਸਾ ਵਿਰਾਗ ਆਉਂਦਾ ਨੇ ਜਦੋਂ ਐਸਾ ਵਿਛੋੜਾ ਪੈਂਦਾ ਇਹ ਵਿਛੋੜੇ ਦੇ ਸੱਲ ਸਹਾਰ ਨੇ ਕਿਤੇ ਸੌਖੇ ਹੈ, ਇਹਦੇ ਵਿੱਚੋਂ ਸਮੁੰਦਰ ਆਪੋ ਆਪ ਹੀ ਇਸ਼ਾਰੇ ਮਾਰ ਜਾਂਦਾ ਪਰ ਗੁਰਬਾਣੀ ਦਾ ਫਰਮਾਨ ਆ ਮਤ ਮੈਂ ਪਿੱਛੇ ਕੋ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਅਜਿੰਤੇ ਬਾਜ ਪਏ ਕੇਲ ਕਰੇ ਦੇ ਬਾਜ ਪਏ
पड़े अचिंते बाजी पड़े केशव गोपाल पंडित सद्यो हर हर कथा पढ़े प्राण जियो अंते सतगुर बोलिया में पिछे कीर्तन करियो निर्वाण जियो। गुरमुख प्यारियो यह कीर्तन गुरु नानक साहब जी ने बहुत बड़ी पदवी के दात बख्शिश की थी है। कल युग में कीर्तन प्रदाना गुरमुख जपी है लाए क्या ना देखो ये संसार एक सुपने की न्याई है। ये संसार एक मुसाफरखाना है। ये जगत जितना भी है सृष्टि मेरे मालक ने साजी है इनू मुसाफर बना के भेजे और मालक बना के नहीं भेजे। उचारण करो सतनाम श्री वाहेगुरु। बाबा शेख फरीद जी ने कैसा सुंदर जिक्र किया है। सूफी फकीर हुए ने पिछौकड़ वाला ध्यान मारो भी जिस जगह पर अज असी बैठे हाँ साढ़े तो पहला पता नहीं लखा ही लोग इस जगह पर बैठ के चले गए। एक दिन आप भी चले जाना है। उचारण करो सतनाम अज आही जगह पिता के ना आ कल समा आएगा आही जगह कट के पिता के ना तो पुत्र के ना हो जाएगी उस तो कट के अगे वो पोतरे के ना। गुरमुख प्यारे ये संसार ही इसे तरह चल रहा है। इस धरती के बड़े मालक बने मालक बन के इस संसार चो चले गए। धरती उठे नहीं उठी जगह उठे नहीं उठी है मकान सज्जन मेरे रंग रे जाई
Oh, yeah.
ਲਿਖਣਾ ਧਰਮ ਬਹਾਲੀਆਂ ਠੱਗੀਆਂ ਮਾਰਨ ਵਾਲੇ ਨੇ। ਇੱਕ ਗੱਲ ਯਾਦ ਰੱਖਿਓ, ਮਾਲਕ ਦੀ ਦਰਗਾਹ ਦੇ ਚੋਰ ਬਣ ਜਾਂਦੇ, ਉਹ ਮੁਰਜਮ ਬਣ ਜਾਂਦੇ, ਉਹ ਪਕੜੇ ਜਾਣਗੇ, ਉਹ ਕਦੇ ਵੀ ਬਚਣਗੇ ਨਹੀਂ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਲਿਖਣਾ ਧਰਮ ਬਹਾਲੇ, ਸੱਚ ਦੀ ਕੀਮਤ ਇੱਥੇ ਵੀ ਪੈਂਦੀ ਹੈ, ਮਾਲਕ ਦੀ ਦਰਗਾਹ ਵਿੱਚ ਵੀ ਪਵੇਗੀ, ਅਤੇ ਝੂਠ ਦੀ ਕੀਮਤ ਨਾ ਇੱਥੇ ਪੈਣੀ ਹੈ ਅਤੇ ਨਾ ਮਾਲਕ ਦੀ ਦਰਗਾਹ ਵਿੱਚ ਪੈਣੀ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮਾਲਕ ਨੇ ਮਨੁੱਖ ਨੂੰ ਬਣਾਇਆ ਹੀ ਸੱਚਾ, ਅਟਲ ਸੱਚਿਆਈ ਮੌਤ ਹੈ, ਔਰ ਮੌਤ ਹਰ ਇੱਕ ਪ੍ਰਾਣੀ ਦੇ ਉੱਪਰ ਆਉਣੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਸਮਾਂ ਕਿਤਨਾ ਕੁ ਮਿਲਿਆ, ਜਾਂ ਅੱਜ ਦਾ ਜਾਂ ਕੱਲ੍ਹ ਦਾ। ਕਹਿੰਦੇ ਤੂੰ ਨਾ ਸੋਚ ਕਿ ਮੇਰੀ ਉਮਰ ਬਹੁਤ ਆ, ਨਹੀਂ, ਹਰ ਰੋਜ਼ ਤੇਰੀ ਉਮਰ ਨੂੰ ਮੂਸਾ ਟੁੱਟੀ ਜਾ ਰਿਹਾ, ਹਰ ਰੋਜ਼ ਤੇਰੀ ਉਮਰ ਨੂੰ ਕੋਈ ਖਾਈ ਜਾ ਰਿਹਾ। ਤੂੰ ਤੇ ਕਹਿ ਰਿਹਾ ਮੈਂ ਵੱਡਾ ਹੁੰਦੇ ਹਾਂ। ਕਹਿੰਦੇ ਇੱਕ ਗੱਲ ਯਾਦ ਰੱਖੀ, ਛਿਨ ਛਿਨ ਔਦ ਬੇਹਾਤ ਹੈ ਬੂਟੇ ਕੱਟ ਜਿਓ ਪਾਣੀ। ਹਰ ਰੋਜ਼ ਤੇਰੀ ਜ਼ਿੰਦਗੀ ਦਾ ਦਿਨ ਕੱਟਦਾ ਹੈ, ਹਰ ਰੋਜ਼ ਤੇਰੀ ਜ਼ਿੰਦਗੀ ਦੀ ਰਾਤ ਕੱਟਦੀ ਹੈ, ਅਤੇ ਤੂੰ ਸੁੱਤਾ ਪਿਆ, ਕਿਆ ਤੂੰ ਸੋਇਆ ਜਾਗ ਐਨ ਇੱਕ ਨਿਦਾਨ ਬੱਚਿਆਂ ਦੀ ਤਰ੍ਹਾਂ। ਅਤੇ ਸਤਿਗੁਰੂ ਦੀ ਬਾਣੀ ਅੰਦਰ ਜ਼ਿਕਰ ਕਰਦੇ ਹਨ, ਸਾ ਹੰਸਰ ਦਾਨ ਦੇ ਇੰਦਰ ਰੁਆਇਆ, ਪਰਸੁਰਾਮ ਰੋਵੇ ਘਰ ਆਇਆ, ਅਜੇ ਸੋ ਰੋਵੇ ਭਿੱਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਗੁਰਮੁਖ ਪਿਆਰਿਓ, ਇੱਕ ਗੱਲ ਯਾਦ ਰੱਖਿਓ, ਵਿਛੋੜੇ ਸਹਾਰਨੇ ਸੌਖੇ, ਬੜੇ ਔਖੇ, ਬੜੇ ਔਖੇ। ਜਿਸ ਰਾਜੇ ਦਾ ਵਜ਼ੀਰ ਮਰ ਜਾਂਦੇ ਅਤੇ ਰਾਜ ਰੁਲ ਜਾਂਦਾ, ਜਿਸ ਵਜ਼ੀਰ ਦਾ ਰਾਜਾ ਮਰ ਜਾਏ ਅਤੇ ਵਜ਼ੀਰ ਰੁਲ ਜਾਂਦਾ। ਉਚਾਰਨ ਕਰੋ ਸਤਨਾਮ ਸਿੰਘ। ਇਹ ਜਿਹੜੀ ਧਰਮ ਅਤੇ ਪਤਨੀ ਦੀ ਜੋੜੀ ਹੈ ਨਾ, ਪਤੀ ਅਤੇ ਪਤਨੀ ਦੀ ਛੱਡ ਗਿਆ, ਜਦੋਂ ਵਿਛੋੜਾ ਪੈ ਗਿਆ ਨੇ, ਯਕੀਨ ਕਰਕੇ ਜਾਣਿਓ, ਰਾਮ ਭਾਵੇਂ ਤਰੇਤੇ ਦੇ ਅਵਤਾਰ ਸਿੰਘ ਨੇ ਦਰੱਖਤਾਂ ਦੇ ਗਲ ਲੱਗ ਲੱਗ ਕੇ ਵੀ ਤਾਹਾਂ ਮਾਰੀਆਂ, ਪੱਥਰਾਂ ਨੂੰ ਗਲਵੱਖੜੀ 'ਚ ਲੈ ਕੇ ਵੀ ਤਾਹਾਂ ਮਾਰੀਆਂ, ਕਿਤੇ ਮੇਰੀ ਸੀਤਾ ਦੇਖੀ, ਕਿਤੇ ਮੇਰੇ ਭਰਾਤਾ ਜੀ ਦੇਖੇ, ਅੱਜ ਤਾਹਾਂ ਨਿਕਲ ਗਏ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦੈਸਰ ਲੰਕ ਗਵਾਏ, ਜਿਨ ਸੇ ਕੀ ਕਾਰਨ ਪਾਪੀ ਪਿਆ, ਰੋਵੇ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਪੀੜ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ, ਰੋਵੇ ਕਿਰਪਨ ਸੰਚੇ ਤਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇੱਥੇ ਸੰਸਾਰੀ ਦੁਖੀ, ਇੱਥੇ ਸੰਸਾਰੀ ਦੁਖੀ ਆ, ਸੁਖੀ ਕੋਈ ਵੀ ਨਹੀਂ। ਇਸ ਕਰਕੇ ਸਤਿਗੁਰੂ ਜੀ ਜ਼ਿਕਰ ਕਰਦੇ ਹਨ, ਆਓ ਆਪਾਂ ਸਾਰੇ ਜਪੀਏ। ਕੂੜੇ ਰਾਜਾ ਕੂੜੇ ਪਰ ਜਾ, ਕੂੜੇ ਸਭ ਸੰਸਾਰ, ਕਾਇਆ
पल दी खबर अपने आल्ड वर्ल्ड पहचान वाले
मैं उन्होंने बहुत धन्यवादी हाँ जो कि इतनी एक समाज की सेवा कर रहे हैं। सतगुरु कृपा कर बख्शिशा कर गुरमुख प्यारे ये सेवा की बगैर भागा तो नहीं मिलती। नहीं ये संसार से झूठा ही है, संसार मेरी मेरी दे फसया रहता है। मेरी मेरी करते से मेरी मेरी कैरू करते जोधन से पाई बारह जोधन छते गिरजन पाई। देखो कैसे कैसे मनुख इस वतन में आके चले गए, ये संसार विचों लग गए, एक दिन आप भी चले जाने। दही गिरजन खाई दही गिरजन खाई सब सोने की लंगा होती रावण से अधिकाई कहाँ गए दर बांधे हाथी मैं पई बनाई सत्कारयोग इलाके दियां संगतां दूरों दरेडियों रिश्तेदार आए हुए सारिआं दा कुटुंबी गुरमुख प्यारे सतगुरु कृपा करे। गुरमुख प्यारे सुखां दे विच भावें कोई जावे भावें ना जावे पर दुख विच जाना बहुत जरूरी। किसी ने कहा जिन्हें किसी का दुख वंडाणा होवे तो उहदे दुख विच हाजिर हो जाओ उहदा दुख वंडिया जांदा। किसी दी जदों खुशी विच जांदे आ ते खुशी बढ़ती है तो जो अस किसी की गमी च दुख च जाने तो दुख कटना शुरू हो जाता है। गुरमुख प्यारे होर आप कर नहीं सकते कुछ इतना क यह धीरज दे सकते हैं इतना कह सकते हैं भी मालिक का हुक्म हुक्म है अंदर सब को बाहर हुक्म ना कोई नानक हुक्म है जे बूझे तो होमे कहना कोई जिन्होंने हुक्म बढ़ लिया मालिक का गुरु प्यारे सतगुरु कृपा कर बख्शा कर आप सारे जपिए Thank you.
ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਨਿਰਵਕਸ਼ਿਸ਼ ਕਰਦੇ ਹਨ ਗੁਰਮੁਖ ਪਿਆਰੇ ਹੋ ਇਹ ਪ੍ਰੀਤਾਂ ਝੂਠੀਆਂ ਹਨ ਮਾਰਿਆ ਤੂੰ ਕਲਮ ਪਾਇਆ ਤੂੰ ਤਿੰਨ ਕੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਹੋਵਾ ਨਿਕਲੇ ਅਣ ਹਦ ਵਾਤੂ ਮੰਡ ਸੁਣੋ ਬੜਵਾ ਦਿਓ ਸਗਲ ਮਨੋਰਥ ਪੂਰੇ ਪਾਲ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿਸੂਰੇ ਰੂਪ ਰੂਪ ਸੰਤਾ ਪਿਤਰੇ ਸੋਹਣੀ ਸੱਚੀ ਬਾਣੀ ਸਾਨ ਸਾਜਨ ਪੈ ਸਰਸੇ ਮੂਰੇ ਸਤਨਾਮ ਸ੍ਰੀ ਵਾਹਿਗੁਰੂ 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 ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੇ ਦਿਨਾਂ ਸਮੂਹ ਸ਼ਹੀਦ ਸਿੰਘ ਸੰਗਣੀਆਂ ਭਜੰਗੀਆਂ ਦੀ ਕਮਾਈ ਦਾ ਧਿਆਨ ਵਾਹਿਗੁਰੂ ਵਾਹਿਗੁਰੂ ਚਿਤਾਵੈ ਨਾਮ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਅਤੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਨਿਦਾਨਿਆਂ ਦੇ ਤਾਲ ਨਿਉਂਦਿਆਂ ਨੋਟ ਨਿਆਸਰੇ ਦੱਸਦੇ ਯੁਗ ਹੋ ਯੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਪਾਵਨ ਕਿਹਾ ਜੀ ਦੀ ਲਿਖਿਆ ਕਿਹਾ ਹੁਕਮ ਕਮਾਹੇ ਧੰਦੇ ਆਵੈ ਨਾਨਕਾ ਸਦੇ ਉੱਚੀ ਰਾਜ ਜਿਸ ਕੀ ਵਸ ਕੋਈ ਲੈ ਜਾਏਗਾ ਰੋਸ ਜਿਸੈ ਸਮਰਪਿਆ ਦੇ ਮਹਾਰਾਜਾਂ ਸਾਹਿਬ ਸਤਿਗੁਰੂ ਜੀ ਘਰ ਦਾ ਅਤੇ ਪ੍ਰੀਤ ਬਾਲ ਲਿਖੜੀ ਰੂਹ ਸਰਦਾਰ ਸਾਧੂ ਸਿੰਘ ਸਾਧੂ ਜੀ ਜੀ ਵਿਸ਼ਵਾਸਾਂ ਦੀ ਪੂੰਜੀ ਲੈ ਕੇ ਇਸ ਸਮਾਗਮ ਵਿੱਚ ਭੇਜਿਆ ਸੀ ਸਭ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੁਕਮ ਸੁਣ ਕੇ ਸੰਗਤ ਹਾਜ਼ਰ ਹੋਈ ਹੈ ਸਤਿਗੁਰੂ ਜੀ ਸਭ ਦੀ ਦਿਲ ਫੁੱਲ ਪਟਾਵਾਂ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ ਜੀਆ ਜਨਤੇ ਸੁੱਖ ਵਰਤਾਉਣੀ ਨਗਰ ਖੇੜੇ ਤੇ ਸੁੱਖ ਵਰਤਾਉਣੀ ਸਤਿਗੁਰੂ ਜੀ ਕਰੋ ਕਿਰਪਾ ਦਰਵਾਈ ਸੰਗਤ ਨੂੰ ਕਰੋ ਨਿਹਾਲ ਕਰੋ ਕਰੋ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਾਂ 'ਤੇ ਚੱਲਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਵਰ ਭੈਣ ਕੰਚਨ ਮਟੀ ਮਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਸੁਖ ਸੁਨਿਓਰ ਭੈਣੀ ਜਾ ਕੰਚਨ ਮਟੀ ਮਨ ਰਾਹੋ ਨਹਿਨ ਦਿਆ ਨਹਿਨ ਉਸਦ ਜਾ ਲੋਭ ਮੋਹ ਅਪਮਾਨ ਹਰ ਕਲੀਨ ਪੈ ਹੋ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜਹ ਨਰ ਕੋ ਕਿੰਨੀ ਤੇ ਜੁਗਤ ਪਛਾਣੀ ਨਾਨਕ ਲੀਨ ਪੈ ਹੋ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਨੂੰ ਅਰਦਾ ਕਹਿ ਗਏ ਨੇ ਔਰ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਉਹਨਾਂ ਦੀ ਆਤਮਕ ਸ਼ਾਂਤੀ ਦੇ ਲਈ ਆਪਣੇ ਗ੍ਰਹਿ ਵਿਖੇ ਪਰਸੋਂ ਰੋਜ਼ ਤੋਂ
कीर्तन के नाल संतान विचारों के नाल जो महात्म होता है उस महात्म के संबंध में आप अपने विचार रखे ने इलाही बाणी का कीर्तन किया है। जो भी संत अज भाई साहब भाई साधु सिंह जी के अंतम अरदास शामिल हुई ने और सबने ही अरदास बेनती की है कि भाई साहब भाई साधु हो चुकी है कुछ बुलारिया ने बोलना है। मैं बेनती करांगा जिन्होंने भी स्टेज की सेवा निभानी है उन्होंने भीर बेनती है कि गर्मी के मौसम मुख रखते हुए जो भी पतवंते सज्जन पहुँचे ने बुलारे आए ने उन्होंने बेनती है कि थोड़ा थोड़ा समा ला के आप सारे ही ध्यान दे जो कुछ भाई साहब कर गए ने उन्हों का अभी गिना नहीं दे सकते। जो भी समाज ले कीता है कौम ले कीता देश ले कीता है अपने इलाके ले कीता है वो सारे लोग जानते हैं। अपने कुछ कुछ मिनट ला के उन्होंने श्रद्धांजलि के फुल अर्पण करने ने तो हम मैं बेनती करांगा जो भी स्टेज के मामले में वीर हैं उन्होंने बेनती है जिन्हें बुलारे ने बोलना है थोड़ा समा ला अज असी उन्होंने श्रद्धा के फुल भेट करने वास्ते गुरु के चरणों के जुड़ बैठे हाँ क्योंकि गुरु का दर अजिहा दर है जिथों न्योटिया ओट नपत्तिया पत न्यासर आसरा से भाणा मनण का बल मिलता है। परिवार का मुखी परिवार का माली होया करता है तो जदों ये परिवार रूपी माली इस हरी भरी फलवाड़ी में छड़ के तुर जाता है तो परिवार रूपी उस फलवाड़ी के परिवार के मैंबर उन्होंने चेहरिया से छाई हुई उदासी उस जान वाली शख्सियत प्रति प्यार की भावना दर्शाती है। पवित्र गुरु महाराज की हजूरी साढ़े सारिया के बहुत ही सत्कारयोग कुदरत का निजम है इनू आप टाल नहीं सकते। मैं समझा कि अज के युग के अंदर दो चीज़ों का बहुत बड़ा प्रसारा हो रहा एक तो साइंस का बहुत बड़ा प्रसारा हो रहा दुनिया के किसी कोने के अंदर कोई घटना वापरती है मिनट सेकेंड के अंदर पूरी दुनिया च नशर होंगी। अज आप सारे बहुत ही ज़्यादा दुख की घड़ी च कच्चर हुए हैं। अज तो कुछ दिन पहला सानू सारिया अचानक संजीवी विछोड़ा दे के सरदार साधु सिंह जी इस दुनिया तो चले गए सी। कोई यह जी गल नहीं सी बड़ी वधिया सेहत सी बड़े एक्टिव सेगे नटपच पूरी करते सी और लंबे समय तो सत्कारयोग डॉक्टर सरदूल सिंह जी बैठे है सरदार गुरमीत सिंह नामधारी जी सरदार प्रेम सिंह गिल जी सरदार जोगा सिंह कालों जी श्री रजिंद्रनाथ जी सत्कारयोग सुरेंद्र सिंह मंदी जी सरदार कुलवीर सिंह खद्दर जी चौधरी हरवंस लाल जी सीनियर कांग्रसी आगू साढ़े पत्रकार वीर रूबी जी जैन जी तो नरेश प्रभाकर जी असं उन्होंने भी माफी चाहते हैं। तो इस ही मैं निम्रता सहित बेनती करना जी सत्कारयोग सरदार दलजीत सिंह कालों जी क्योंकि परिवार के नाल इन्हों की बड़ी नेड़ता रही है नेड़े की सांझ रही है सो अज की इस दुख की घड़ी मौके मैं उन्होंने मैं इन्हों ही शब्दों वाहगुरु जी अगे अरदास करदा मेरे वीर साधु सिंह अपने चरणों में निवास बख्शे तो कह दईदा भी भाणा मनण का बल बख्शे। ये भाणा बहुत औखा मनिया जाता है मैं घरेलू बंदा परिवारक मैंबर होने करके मैं बहुत गल कर भी नहीं सकता माइक से। वाहगुरु जी का खालसा वाहगुरु भाई साढ़े बहुत सत्कारयोग सरपंच साहब जेड़े कि एक कालों परिवार को नहीं कालों नगर को कालों के इलाके बहुत वड्डा धोखा दे के सतगुरु के चरणों में जा विराजमान हुए आज उन्होंने सारे नगर को सारे इलाके बहुत गल्लां याद आ रही। सरदार साधु सिंह जी कालों दुआबे की हरमन प्यारी शख्सियत कुछ पल पहला यूरोप में डॉक्टर करमजीत सिंह जी साढ़े चेयरमैन कृपाल सागर उन्होंने गल हो रही थी कि भोग से जाना है उन्हों का जवाब आया
ਅਸੀਂ ਭਾਵੇਂ ਯੂਰਪ ਵਿੱਚ ਬੈਠੇ ਹਾਂ ਪਰ ਸਾਡਾ ਧਿਆਨ ਸਾਡੀ ਸੁਰਤ ਸਾਡਾ ਸਾਰਾ ਖਿਆਲ ਸਰਦਾਰ ਸਾਧੂ ਸਿੰਘ ਜੀ ਵੱਲ ਹੈ। ਪ੍ਰਧਾਨ ਨਗਰ ਕੌਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ ਡਾਕਟਰ ਗੁਰਨਾਮ ਸਿੰਘ ਸੈਣੀ ਜੀ ਮਾਸਟਰ ਦਰਸ਼ ਸਿੰਘ ਕਾਹਲੋਂ ਜੀ ਰਾਜੀ ਚੋਪੜਾ ਜੀ ਸਰਦਾਰ ਅਮਰਜੀਤ ਸਿੰਘ ਜੌਲ ਬਿੱਟਾ ਜੀ ਰਾਮਜੀ ਸਾਬਕਾ ਸਰਪੰਚ ਜਾਫਰਪੁਰ ਸ਼੍ਰੀ ਸੁਖਦੇਵ ਜਾਂਗੜਾ ਜੀ ਸਤਿਕਾਰਯੋਗ ਸੋਮਨਾਥ ਸਹਿਗਲ ਜੀ ਡਾਕਟਰ ਕੁਲਵੰਤ ਸਿੰਘ ਜੀ ਸ਼੍ਰੀ ਭਗਤ ਰਾਮ ਜੀ ਸਰਦਾਰ ਮਨਵੀਰ ਸਿੰਘ ਪਰਿਵਾਰ ਜੀ ਸਰਦਾਰ ਜਗਮੋਹਨ ਸਿੰਘ ਜੀ ਸਰਦਾਰ ਓਂਕਾਰ ਸਿੰਘ ਰਾਹੋਂ ਜੀ ਸਰਦਾਰ ਕੇਵਲ ਸਿੰਘ ਮਾਹਲ ਜੀ ਸਾਬਕਾ ਸਰਪੰਚ ਪਿੰਡ ਕਾਹਲੋਂ ਸਤਪਾਲ ਸਿੰਘ ਜੀ ਸਰਪੰਚ ਪਿੰਡ ਕਾਹਲੋਂ। ਇਸ ਦੇ ਨਾਲ ਹੀ ਮੈਂ ਬੇਨਤੀ ਕਰਦਾ ਜੀ ਬਹੁਤ ਹੀ ਸਤਿਕਾਰਯੋਗ ਮੈਡਮ ਗੁਰਕਵਾਲ ਕੌਰ ਜੀ ਸਾਬਕਾ MLA ਨਵਾਂ ਸ਼ਹਿਰ ਜੀ ਜੋ ਵੀ ਆਪਣੀ ਹਾਜ਼ਰੀ ਲਵਾਉਣ ਜੀ। ਮੇਰਾ ਵੀਰ ਇੱਕ ਬਹੁਤ ਹੀ ਪਿਆਰਾ ਇਨਸਾਨ ਸੀ। ਜ਼ਿੰਦਗੀ 'ਚ ਬਹੁਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਪਰ ਜਿਹੜੇ ਇੱਕ ਦਲੇਰ ਔਰ ਕਿਸੇ ਨਾਲ ਸਟੈਂਡ ਲੈਣ ਵਾਲੇ ਔਰ ਕਿਸੇ ਦੇ ਨਾਲ ਕਿਸੇ ਦੇ ਦੁੱਖ ਨੂੰ ਸਮਝਣ ਵਾਲੇ ਇਨਸਾਨ ਹੁੰਦੇ ਹਨ ਉਹ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ। ਕੀ ਬੋਲਾਂ ਮੈਂ ਆਪਣੇ ਵੀਰ ਲਈ। ਕਹਿੰਦੇ ਹਨ ਸਮਾਨ 100 ਬਰਸ ਕਾ ਗੁਮਾਨ ਪਲ ਕਾ ਵੀ ਨਹੀਂ ਔਰ ਇਹ ਇਨਸਾਨ 100 ਸਾਲ ਮੈਂ ਕਹਿੰਦੀ ਹਾਂ ਘੱਟ ਸੀਗਾ ਸਾਨੂੰ ਤਾਂ ਇਹਨਾਂ ਦੀ ਬਹੁਤ ਜ਼ਰੂਰਤ ਸੀ। ਕਿਉਂ ਸਾਧੂ ਸਿੰਘ ਵਾਕੇ ਸਾਧੂ ਸਨ ਉਹ ਸਮਾਜ ਸੇਵਕ ਸਨ। ਕਦੇ ਵੀ ਮੈਂ ਉਹਨਾਂ ਨੂੰ ਗੁੱਸੇ ਵਿੱਚ ਨਹੀਂ ਦੇਖਿਆ ਔਰ ਅਸੀਂ ਦੋਨਾਂ ਨੇ ਰਲ ਮਿਲ ਕੇ ਕੰਮ ਕੀਤਾ। ਉਹ ਪਾਰਟੀ ਦੇ ਵੀ ਵਫਾਦਾਰ ਸਨ ਔਰ ਕਿਰਪਾਲ ਸਾਗਰ ਦੇ ਵੀ ਵਫਾਦਾਰ ਸਨ। ਸਾਨੂੰ ਉੱਦਾਂ ਦੇ ਹੀ ਬਣਨਾ ਚਾਹੀਦਾ ਇੱਥੇ ਸਾਧੂ ਸਿੰਘ ਵਰਗਿਆਂ ਦੀ ਲੋੜ ਹੈ। ਅੱਜ ਆਪਾਂ ਬਹੁਤ ਹੀ ਦੁੱਖ ਦੀ ਘੜੀ ਵਿੱਚ ਸਾਡੇ ਸੱਜਣ ਸਾਡੇ ਮਿੱਤਰ ਸਾਡੇ ਪ੍ਰੇਮੀ ਸਾਧ ਸਿੰਘ ਜੀ ਸਰਪੰਚ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏ। ਮਨ ਦੇ ਵਿੱਚ ਅਜੇ ਵੀ ਵਿਸ਼ਵਾਸ ਨਹੀਂ ਆ ਰਿਹਾ ਕਿ ਇਹ ਗੱਲ ਸੱਚੀ ਹੈ ਕਿ ਝੂਠੀ ਹੈ। ਕਹਿਤ ਕਬੀਰ ਸੁਨੋਰੇ ਸੰਤੋ ਗੇਦੀ ਕਰੋ ਨਵੇਰਾ ਆਪਕੀ ਵਾਰ ਬਖਸ਼ ਬੰਦੇ ਕੋ ਬੋਰ ਨਾ ਭਵਜਨ ਫੇਰਾ। ਇੰਨੀਆਂ ਬੇਨਤੀਆਂ ਕਰਦਾ ਜਮਾਂ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ ਕਰਿਓ ਆਈ ਹੁਣ ਸਾਧ ਸੰਗਤ ਦਾ ਜਿਨ੍ਹਾਂ ਨੇ ਵੀ ਇਸ ਕਾਲੂ ਪਰਿਵਾਰ ਦੇ ਨਾਲ ਇੱਕ ਚੜਿਆ ਹੋਇਆ ਕਦਮ ਸਾਡੇ ਸਿਰ ਮੱਥੇ 'ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਾਧ ਸੰਗਤ ਦੇ ਪਹੁੰਚ ਕੇ ਉੱਤੇ ਆਪਣੀ ਹਾਜ਼ਰੀ ਲਵਾਈ ਹੈ। ਇਹਨਾਂ ਹੀ ਸ਼ਬਦਾਂ ਦੇ ਨਾਮ ਸਭ ਨੂੰ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।